ਵੀ ਪਤਾ ਨਹੀਂ ਹੱਥ ਖੜੇ ਕਰਕੇ ਨਾਰੇ ਲਾਓ ਤਾਂ ਜੋ ਆਪਾਂ ਪ੍ਰੈਸ ਦੇ ਵਿੱਚ ਆਪਣੇ ਧਰਨੇ ਦੀ ਹਾਜ਼ਰੀ ਲਵਾ ਸਕੀਏ। ਧਾਇ ਰੱਖ ਕੇ ਦਮ ਰੱਖ ਕੇ ਬੈਠੇ ਰਹੋ, ਕੋਈ ਗੱਲ ਨਹੀਂ। ਜਿਹੜਾ ਕੁਛ ਹੋਣਾ ਸੀ ਇਹ ਤਾਂ ਉਹਨਾਂ ਨੂੰ ਸੁਰੱਖਿਆ ਅੰਦਰ ਕਰਾ ਕੇ ਉਹਨਾਂ ਦੇ ਪਰਚੇ ਪਵਾਏ ਬਿਨਾ ਇੱਥੋਂ ਜਮਾ ਨਹੀਂ ਹਿੱਲਣਾ। ਸੋ ਭਰਾਵੋ ਸਾਡੀਆਂ ਇਹੀ ਨੇ ਵੀ ਜਿਹੜੇ ਦੋਸ਼ੀ ਨੇ ਜੀ ਉਹਨਾਂ 'ਤੇ ਬਾਏ ਨੇਮ ਐੱਫ ਆਈ ਆਰ ਕੱਟੀ ਜਾਵੇ। ਬਾਏ ਨੇਮ ਐੱਫ ਆਈ ਆਰ ਕੱਟ ਕੇ ਉਹਨਾਂ ਦੀ ਅੱਗੇ ਜਿਹੜੀ ਜਾਂਚ ਆ ਉਹ ਅੱਗੇ ਕੀਤੀ ਜਾਵੇ। ਇਹ ਕਹਿੰਦੇ ਨੇ ਵੀ ਅਸੀਂ ਬਾਏ ਨੇਮ ਐੱਫ ਆਈ ਆਰ ਨਹੀਂ ਕੱਟਦੇ, ਅਸੀਂ ਤਾਂ ਜੀ ਕਹਿੰਦੇ ਵੀ ਸਿਰਫ ਜਾਂਚ ਕਰਾਂਗੇ, ਕਿਉਂਕਿ ਪਹਿਲਾਂ ਐੱਫ ਆਈ ਆਰ ਕੱਟੀ ਜਾਂਦੀ ਹੈ ਫਿਰ ਜਾਂਚ ਹੁੰਦੀ ਹੈ ਕਿਸੇ ਵੀ ਮਸਲੇ ਦੀ। ਇਹ ਅੱਗੇ ਸਾਨੂੰ ਕੋਈ ਬਾਂਹ ਨਹੀਂ ਫੜਾ ਰਹੇ ਜੀ, ਇਹ ਆਪਦੇ ਪੁਲਿਸ ਮੁਲਾਜ਼ਮਾਂ ਦਾ ਫੇਵਰ ਕਰ ਰਹੇ ਨੇ। ਕਿਹੜੇ ਕਿਹੜੇ ਮੁਲਾਜ਼ਮਾਂ ਦੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਉਹਨਾਂ ਦੇ ਪੱਖ? ਦੇਖੋ ਜੀ, ਇੱਕ ਤਾਂ ਡੀ ਐੱਸ ਪੀ ਭਰਪੂਰ ਸਿੰਘ ਨੇ ਜਿਹੜੇ ਕਿ ਉਹ ਕੁੜੀ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨਾਲ ਗੱਲਬਾਤ ਆ ਕੁੜੀ ਨਾਲ ਉਹਨਾਂ ਦੀ, ਠੀਕ ਹੈ। ਇੱਕ ਉਹ ਕੁੜੀ ਆ ਰਵਿੰਦਰ ਕੌਰ ਜਿਨ੍ਹਾਂ 'ਤੇ ਅਸੀਂ ਮੰਗ ਕਰੀ ਹੈ ਵੀ ਇਹਨਾਂ 'ਤੇ ਪਰਚਾ ਦਿਓ ਜੀ। ਜੇ ਗੱਲ ਕਰੀ ਜਾਵੇ ਬਾਈ ਜੀ, ਵਾਰ ਵਾਰ ਇੱਕ ਗੱਲ ਉੱਠਦੀ ਆ ਰਹੀ ਹੈ ਕਿ ਤੁਹਾਡੇ ਕੋਲ ਐਵੀਡੈਂਸ ਹੈ ਕਿ ਤੁਹਾਡੇ ਕੋਲ ਫੋਨ ਰਿਕਾਰਡ ਹੈ ਜਾਂ ਸਾਰਾ ਕੁਛ ਹੈ, ਉਹ ਕੀ ਹੈ, ਤੁਸੀਂ ਮੀਡੀਆ 'ਚ ਕਿਉਂ ਨਹੀਂ ਲੈ ਕੇ ਰਹੇ? ਦੇਖੋ, ਉਹ ਸਾਡੇ ਪ੍ਰਧਾਨ ਜੀ ਜਦੋਂ ਸਾਨੂੰ ਕਹਿਣਗੇ ਕਿਸਾਨ ਯੂਨੀਅਨ ਦੇ, ਅਸੀਂ ਸਾਰਾ ਕੁਛ ਮੀਡੀਆ ਨੂੰ ਦੇ ਦਾਂਗੇ ਜੀ, ਹੈ ਨਾ। ਉਸ ਤੋਂ ਬਿਨਾਂ ਅਸੀਂ ਆਪਸ 'ਚ ਅਸੀਂ ਕਮੇਟੀ ਬਣਾਈ ਹੋਈ ਆ ਜੀ, ਕਮੇਟੀ ਦੀ ਸਲਾਹ ਤੋਂ ਬਿਨਾਂ ਅਸੀਂ ਨਹੀਂ ਦੇ ਸਕਦੇ ਜੀ, ਹੈ ਨਾ। ਫਿਰ ਉਹ ਅੱਗੇ ਜਾ ਕੇ ਜੇ ਅਸੀਂ ਉਹ ਪਰੂਫ ਦੇ ਹੀ ਦਿੱਤੇ ਜੀ, ਅੱਗੇ ਜਾ ਕੇ ਪੁਲਿਸ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਜਾਂ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕਰ ਸਕਦੀ ਹੈ, ਜਿਵੇਂ ਕਿ ਇੱਕ ਪਹਿਲਾ ਭਈਆ ਸੀਗਾ ਜੀ, ਠੀਕ ਹੈ, ਉਹਨੂੰ ਉੱਥੋਂ ਭਜਾ ਤਾ, ਠੀਕ ਹੈ। ਹੋ ਸਕਦਾ ਵੀ ਅੱਗੇ ਵੀ ਇਹ ਐਂ ਕਰਨ ਵੀ ਉਹ ਐਵੀਡੈਂਸ ਨੂੰ ਮਿਟਾ ਦੇਣ ਜੀ। ਗੱਲ ਵਾਰ ਵਾਰ ਇੱਕ ਅਸਲੇ ਦੀ ਹੈ ਕਿ ਅਸਲਾ ਜਿਹੜਾ ਉਹ ਅਸਲਾ ਕਿਹਦਾ?
ਅਸਲਾ ਦੇਖੋ ਜੀ, ਜਿਹੜਾ ਅਸਲਾ ਜੀ ਉਹ ਜਿਹੜਾ ਮੇਰਾ ਭਰਾ ਸੀਗਾ ਜੀ, ਉਹ ਬਾਹਰ ਜਾਣਾ ਸੀ, ਉਹਦੀ ਕੈਨੇਡਾ ਦੀ ਫਾਈਲ ਲੱਗੀ ਹੋਈ ਸੀ ਜੀ। ਉਹਦੇ ਕੋਲ ਅਸਲਾ ਹੋ ਹੀ ਨਹੀਂ ਸੀ ਸਕਦਾ ਜੀ, ਕਿਉਂਕਿ ਅਸੀਂ 35 ਲੱਖ ਰੁਪਇਆ ਉਹਦਾ ਭਰੀ ਬੈਠੇ ਸੀ ਜੀ। ਠੀਕ ਹੈ ਜੀ, ਇੱਕ ਉਹ ਪਿੰਡ 'ਚੋਂ ਪੁੱਛ ਕੇ ਦੇਖ ਲਓ, ਇੱਕ ਨਿਹਾਇਤ ਹੀ ਸ਼ਰੀਫ ਮੁੰਡਾ ਜੀ ਉਹ, ਠੀਕ ਹੈ, ਅਸਲਾ ਉਹਦੇ ਕੋਲ ਹੋਣਾ ਚਾਹੀਦਾ, ਇਹ ਪੁਲਿਸ ਨੇ ਹੀ ਪਲਾਂਟ ਕੀਤਾ ਹੋਇਆ ਜੀ। ਉਸ ਦਿਨ ਰਾਤ ਦੀ ਜੇ ਗੱਲ ਕਰੀਏ ਤਾਂ ਉਹਦੇ ਨਾਲ ਹੋਰ ਵੀ ਸੀ ਕੋਈ? ਨਹੀਂ, ਕੋਈ ਹੋਰ ਨਹੀਂ ਸੀ। ਉਸ ਤੋਂ ਪਹਿਲਾਂ ਅਸੀਂ ਸਾਰੇ ਇਕੱਠੇ ਸੀਗੇ ਜੀ, ਅਸੀਂ ਕਿਤੇ ਗਏ ਸੀਗੇ। ਉਸ ਤੋਂ ਬਾਅਦ 10 ਵਜੇ ਉਹਨੇ ਮਾਮੇ ਦੇ ਮੁੰਡੇ ਨੂੰ ਉਤਾਰਤਾ, ਉਸ ਤੋਂ ਬਾਅਦ ਉਹਦੇ ਨਾਲ ਕੋਈ ਨਹੀਂ ਸੀ, ਇਕੱਲੇ ਹੀ ਸੀਗਾ ਜੀ। ਹਾਂਜੀ, ਸਾਨੂੰ ਪਤਾ ਲੱਗਿਆ ਵੀ ਉਹ ਕੁੜੀ ਦੇ ਪਿੰਡ ਗਿਆ ਜੀ 12 ਵਜੇ। ਠੀਕ ਹੈ ਜੀ, ਇਹ ਅੱਗੇ ਜਾਂਚ ਦਾ ਵਿਸ਼ਾ ਜੀ, ਪੁਲਿਸ ਜਾਂਚ ਕਰੀ। ਉੱਧਰ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਜੀ। ਹਾਂਜੀ, ਪੁਲਿਸ ਤਾਂ ਗੋਗਲਾਂ ਤੋਂ ਮਿੱਟੀ ਝਾੜ ਰਹੀ ਹੈ, DSP ਨੂੰ ਤੇ ਆਪਦੀ ਮਹਿਲਾ ਸੀ ਨਾ ਜਿਹੜੀ ਕਾਂਸਟੇਬਲ, ਉਹਨੂੰ ਇਹ ਬਚਾਉਣਾ ਚਾਹ ਰਹੇ ਨੇ। ਹੋਰ ਕੁਛ ਨਹੀਂ, ਇਹ ਕਤਲ ਹੋਇਆ ਸਾਡੇ ਮੁੰਡੇ ਦਾ, ਮਾਰਿਆ ਗਿਆ ਅਤੇ ਹੁਣ ਪਰ ਪੁਲਿਸ ਹੈ ਜਿਹੜੀ ਇਹਨੂੰ ਸੂਸਾਈਡ ਦਾ ਰੂਪ ਦੇ ਰਹੀ ਹੈ। ਹਾਂਜੀ, ਇਹ ਮਹਿਲਾ ਹਸੀਨਾ ਜਿਹੜੀ ਰਵਿੰਦਰ ਕੌਰ, ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ, ਅਤੇ DSP ਉਹਦੇ ਪਿਓ ਦੀ ਉਮਰ ਦਾ ਸੁਨਾਮ, ਅੱਜ ਵੀ ਉਹ ਮੌਜੂਦਾ DSP ਹੁਣ ਵੀ ਕਮਾਂਡ ਕਰ ਰਿਹਾ ਪੂਰੇ ਇਸ ਏਰੀਏ ਨੂੰ, ਜਿੱਥੇ ਕਤਲ ਹੋਇਆ ਉੱਥੇ ਬਡਰੁੱਖਾਂ ਚੌਂਕੀ ਸਾਰਾ ਲੌਂਗੋਵਾਲ ਥਾਣਾ, ਉਹ DSP ਸੁਨਾਮ ਦੇ ਅੰਡਰ ਆਉਂਦਾ, ਭਰਪੂਰ ਸਿੰਘ ਦੇ। ਉਹ ਕੁੜੀ ਦੇ ਤੇ ਨਜਾਇਜ਼ ਸੰਬੰਧ ਸੀਗੇ, DSP ਦੇ ਤੇ ਪੰਜਾਬ ਪੁਲਿਸ ਦੀ ਹਸੀਨਾ ਜਿਹੜੀ ਕੁੜੀ ਰਵਿੰਦਰ ਹੈ ਜੀ। ਅੱਜ ਤੁਹਾਡੀ ਮੀਟਿੰਗ ਵੀ ਹੋਈ ਸੀ ਅਫਸਰ ਸਾਹਿਬਾਨਾਂ ਨਾਲ, ਉਹਨਾਂ ਨੇ ਕੀ? ਉਹ ਬੇਸਿੱਟਾ ਰਹੀ ਹੈ ਜੀ, ਪੁਲਿਸ ਤਾਂ ਇਕੱਲੀ ਗੋਂਗਲਾਂ ਤੋਂ ਮਿੱਟੀ ਝਾੜਦੀ ਹੈ, ਕੁਛ ਨਹੀਂ ਜੀ। ਪੁਲਿਸ ਤਾਂ ਸਾਨੂੰ ਇੱਕ ਪ੍ਰੈਸ਼ਰ ਬਣਾ ਰਹੀ ਹੈ ਵੀ ਬਸ ਇਹ ਜਿਹੜਾ ਇਹਨੂੰ ਰਫਾ ਦਫਾ ਕਰ ਦਈਏ ਕੰਮ ਨੂੰ, ਵੀ ਪੋਸਟਮਾਰਟਮ ਹੋ ਕੇ ਬਸ ਇਹਦਾ ਇਕੱਲਾ ਸੰਸਕਾਰ ਹੋ ਜੇ। ਜੇ ਗੱਲ ਕਰੀ ਜਾਵੇ ਕਿ ਤੁਹਾਨੂੰ ਕਿਹਾ ਜਾਂਦਾ ਕਿ ਤੁਹਾਡੇ ਵੱਲੋਂ ਇੱਕ ਤੁਹਾਨੂੰ ਪੁਲਿਸ ਵੱਲੋਂ ਵੀ ਫੋਨ ਆਉਂਦੇ ਨੇ ਕਿ ਸਾਡੇ ਨਾਲ ਧਰਨਾ ਚੱਕ ਲਓ ਜਾਂ ਤੁਹਾਡੇ 'ਤੇ ਪਰਚਾ ਕਰਾਂਗੇ? ਉਹ ਸਾਡੇ ਇਹ ਦੇਖੋ ਕਾਕੇ ਦਾ ਸਕਾ ਭਰਾ ਹੈ, ਭਰਾ ਤਾਂ ਸਾਡਾ ਸਾਰਿਆਂ ਇਸ ਬਾਰੇ ਇਹਦਾ ਸਕਾ ਭਰਾ ਹੈ, ਸਾਡੇ ਹੋਰ ਵੀ ਮੁੰਡੇ ਹੈਗੇ ਜਿਨ੍ਹਾਂ ਨੂੰ ਫੋਨ ਆਏ ਹੈ, SHO ਚੀਮਾ, SHO ਸਿਟੀ ਸੁਨਾਮ ਦੀਪਿੰਦਰ, ਜਿਹੜਾ ਦੀਪਿੰਦਰ ਹੈ, ਅਤੇ ਜਿਹੜਾ ਹੈਗਾ SHO ਗੜਬਾ, ਤਿੰਨਾਂ ਨੇ ਫੋਨ ਕਰਕੇ ਸਾਡੇ ਬੰਦਿਆਂ ਨੂੰ ਧਮਕਾਇਆ। ਦੇਖੋ ਜੇ ਡਿਪਟੀ ਭਰਪੂਰ ਸਿੰਘ ਨੇ ਵੀ ਫੋਨ ਆਇਆ, ਡਿਪਟੀ ਭਰਪੂਰ ਸਿੰਘ ਦਾ ਇਹਨਾਂ ਨੂੰ ਫੋਨ ਆਇਆ, ਸਕਰੀਨਸ਼ਾਟ ਦੇ ਸਕਦਾ ਜੀ। ਅਤੇ ਤੁਸੀਂ ਦੇਖੋ ਗੱਲ ਵੀ ਕਿੰਨੀ ਇੱਕ ਕੀ ਕਹਾਂਗੇ ਆਪਾਂ, ਜੋ ਬਾੜ ਖੇਤ ਨੂੰ ਖਾਣ ਲੱਗ ਜੇ ਉਸ ਏਰੀਏ 'ਚ ਤਾਂ ਇਹ ਕਾਂਡ ਹੋਇਆ ਸਾਰਾ, ਉੱਥੇ ਉਹ ਬੰਦਾ ਅੱਜ ਮੌਜੂਦਾ DSP ਹੈ, ਇਹ ਕੋਈ ਤੁਸੀਂ ਮੰਨੋਗੇ ਗੱਲ ਨੂੰ ਵੀ ਇਹ ਹੋ ਸਕਦੀ ਹੈ? ਜਿਹੜੇ ਬੰਦਾ ਅਫਸਰ ਹੈ, ਦੂਜੇ ਮੁਲਾਜ਼ਮ ਕੀ ਕੰਮ ਕਰਨਗੇ ਉੱਥੇ, ਪੁਲਿਸ ਪ੍ਰਸ਼ਾਸਨ ਕੀ ਕਰੂਗਾ? ਉਹ ਤਾਂ ਉਹਨਾਂ ਨੂੰ ਬਚਾਉਣਗੇ ਨਾ ਜੀ, ਇਹ ਹੈਗਾ। ਜੇ ਅੱਜ ਅੱਜ ਕਿਸ ਅਫਸਰ ਨਾਲ ਤੁਹਾਡੀ ਮੀਟਿੰਗ ਹੋਈ ਸੀ ਜੀ ਅੰਦਰ? ਅੱਜ SP ਸਾਹਿਬ ਨੇ ਚੀਮਾ ਸਾਹਿਬ, ਪਲਵਿੰਦਰ ਸਿੰਘ ਚੀਮਾ, ਉਹਨਾਂ ਨਾਲ ਗੱਲਬਾਤ ਹੋਈ ਹੈ ਜੀ। ਪਰ ਸਾਡੀ ਜਥੇਬੰਦੀਆਂ ਦੇ ਆਗੂ ਧਨੇਰ ਸਾਹਿਬ, ਆਪਣਾ ਬੜਬੜਾਂ ਦਾ ਸਾਹਿਬ ਸਿੰਘ ਜੀ, ਅਤੇ ਆਪਣਾ ਇੱਕ ਹੋਰ ਨੇ ਸਾਡੇ ਪ੍ਰਧਾਨ, ਸਾਰੇ ਮੇਨ ਬੰਦੇ ਸਾਡੇ ਮਾਨਸਾ ਤੋਂ ਨੇ ਪ੍ਰਧਾਨ ਜੀ ਡਕਾਉਂਦਾ ਦੇ, ਉਹ ਵੀ ਸਾਰਿਆਂ ਦੀ ਸਾਡੀ, ਮੈਂ ਖੋਸੀ ਰਾਜ ਸੀ ਵਿੱਚ ਸਾਡਾ ਸੋਹਣਾ ਮੁੰਡਾ, ਉਹ ਵੀ ਮੀਟਿੰਗ ਦੇ ਵਿੱਚ ਸੀਗਾ। ਜੇ ਗੱਲ ਕਰੀਏ ਧਰਨੇ ਦੀ, ਕਿ ਧਰਨਾ ਹੁਣ ਕਿੰਨੀ ਦੇਰ ਤੱਕ ਜਾਏ? ਉਹ ਅਸੀਂ ਸਾਡੀ ਰੂਪ ਰੇਖਾ ਤਿਆਰ ਹੋ ਰਹੀ, ਅਣਮਿੱਥੇ ਸਮੇਂ ਲਈ ਲਾਵਾਂਗੇ ਸਾਡੀ ਗੱਲਬਾਤ, ਉਹ ਸਾਡੀ ਮੀਟਿੰਗ ਹੋਣੀ ਹੈ ਜੀ, ਇਹ ਅਣਮਿੱਥੇ ਸਮੇਂ ਲਈ ਧਰਨਾ ਹੋਊਗਾ, ਨਾ ਅਸੀਂ ਸੰਸਕਾਰ ਕਰੀਏ ਉਹਨਾਂ ਚਿਰ ਕੁਛ ਨਹੀਂ ਹੋਊਗਾ, ਇਹ ਧਰਨਾ ਵੱਧਦਾ ਹੀ ਜਾਊਗਾ, ਖਤਮ ਨਹੀਂ ਹੋਊਗਾ ਜੇ ਸਾਨੂੰ ਇਨਸਾਫ ਨਹੀਂ ਮਿਲੂਗਾ। ਨਹੀਂ ਤਾਂ ਅੱਜ ਇੱਕ ਖਤਮ ਹੋਇਆ, ਪਤਾ ਨਹੀਂ ਕਿੰਨੇ ਕਾਕੇ ਖਤਮ ਕਰਾਉਣਗੇ, ਹਸੀਨਾ ਦੇ ਕਾਰਨਾਮੇ ਵੱਡੇ ਨਿਕਲਣਗੇ। ਸਾਨੂੰ ਸ਼ੱਕ ਇੱਥੋਂ ਤੱਕ ਵੀ ਹੈ ਵੀ ਇਹ ਗੇਂਦ ਜਦੋਂ ਖੁਦੋਂ ਉੱਧੜਨ ਲੱਗ ਗਈ ਨਾ, ਇਹਦੇ ਵਿੱਚੋਂ ਬਹੁਤ ਕੁਛ ਨਿਕਲਣਾ, ਇਹਦੇ ਵਿੱਚੋਂ ਉਹ ਕੁੜੀ ਖਬਰ ਹੈ ਕਿੱਥੇ ਤੱਕ, ਇਕੱਲੇ ਡਿਪਟੀ ਤੱਕ ਨਹੀਂ, ਹੋਰ ਵੀ ਅਫਸਰ ਵਿੱਚ ਆ ਸਕਦੇ ਆ, ਤਾਂ ਹੀ ਉਹ ਇਹ ਜਾਂਚ ਬੰਦ ਕਰਨੀ ਚਾਹੁੰਦੇ ਆ। ਕੀ ਕਹਿਣਾ ਚਾਹੁੰਦੇ? 10 ਤਰੀਕ ਦਾ, 12 ਤਰੀਕ ਦਾ ਉਸ ਨੌਜਵਾਨ ਦਾ ਗੋਲੀ ਲੱਗ ਕੇ ਉਹਦੀ ਮੌਤ ਹੁੰਦੀ ਹੈ। ਆ 10 ਦਿਨ ਹੋ ਗਏ ਲੋਕ ਸੜਕਾਂ 'ਤੇ ਆ, ਮੁੱਖ ਮੰਤਰੀ ਦਾ ਜੱਦੀ ਸ਼ਹਿਰ ਹੋਵੇ ਸੰਗਰੂਰ, ਜਿੱਥੇ ਉਹਦਾ ਆਪਣਾ ਘਰ ਹੈ, ਜਿੱਥੋਂ 2 ਵਾਰੀ ਲੋਕਾਂ ਨੇ ਉਹਨੂੰ ਮਾਣ ਬਖਸ਼ ਕੇ, ਸਭ ਤੋਂ ਪਹਿਲਾਂ ਸ਼ੁਰੂਆਤ ਇਹ ਹਲਕਾ ਇਹ ਲੋਕ ਕਰਾਉਣ ਵਾਲੇ ਹੈ, ਅਤੇ ਉਹਨਾਂ ਦਾ ਕੋਈ ਮੁੱਖ ਮੰਤਰੀ ਦਾ ਬਹੁਤ ਦੂਰ ਦੀ ਗੱਲ ਹੈ, ਇਨਸਾਫ ਬਹੁਤ ਦੂਰ ਦੀ ਗੱਲ ਹੈ, ਕਿਸੇ ਇੱਥੇ ਉਹਨਾਂ ਦੇ MLA ਨੇ ਮੰਤਰੀ ਨੇ ਇਸੇ ਜ਼ਿਲ੍ਹੇ ਦੇ ਵਿੱਚ ਬੈਠੇ ਨੇ ਨਾ, ਅਮਨ ਅਰੋੜੇ ਵਰਗੇ ਭਰਾ ਜਰਗੀਆਂ ਜਾਂ ਹੋਰ ਜਿੰਨੇ ਵੀ ਹੈਗੇ ਆ, ਕਿਸੇ ਨੇ ਹਾਰਾ ਨਾਰਾ ਵੀ ਨਹੀਂ ਮਾਰਿਆ। ਇਹ ਇਨਸਾਫ, ਇਹ ਇਨਸਾਫ ਇਨਸਾਫ ਕੂਕਦੇ ਆ। ਜਿਹੜਾ ਇਹ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਕੋਈ ਧਰਨਾ ਨਹੀਂ ਲੱਗਣ ਦੇਊਂਗਾ, ਮੁਜ਼ਾਹਰਾ ਨਹੀਂ ਹੋਣ ਦੇਊਂਗਾ, ਬੇਇਨਸਾਫੀਆਂ ਨਹੀਂ ਹੋਣਗੀਆਂ, ਇਨਸਾਫ ਹੋਊਗਾ, ਕਿਉਂ ਨਹੀਂ ਇਨਸਾਫ ਹੋ ਰਿਹਾ? ਕੀ ਗੱਲ ਵੀ DSP ਇਹਦੇ ਵਿੱਚ ਸ਼ਾਮਿਲ ਹੈ ਜਾਂ ਇੱਕ ਪੁਲਿਸ ਵਾਲੀ ਕੁੜੀ ਸ਼ਾਮਿਲ ਹੈ? ਇਸ ਕਰਕੇ ਸਰਕਾਰ ਦਾ ਜ਼ੋਰ ਆਪਣੇ ਬੰਦਿਆਂ ਨੂੰ ਬਚਾਉਣ 'ਤੇ ਲੱਗਿਆ ਹੋਇਆ। ਝੋਟੇ ਦੇ ਖਿਲਾਫ ਕਾਨੂੰਨ ਯਾਦ ਆ ਗਿਆ ਕਿ ਝੋਟੇ ਨੇ ਕਾਨੂੰਨ ਤੋੜਤਾ, ਝੋਟੇ ਕੋਲ ਕੀ ਹੱਕ ਹੈ ਕਿਸੇ ਨੂੰ ਜਲੀਲ ਕਰਨ ਦਾ? ਅਤੇ ਫਿਰ ਇੱਥੇ ਕਾਨੂੰਨ ਕਿੱਧਰ ਗਿਆ? ਇੱਥੇ ਕਾਨੂੰਨ ਕਿਹੜੇ ਭਾਂਡੇ 'ਚ ਵੜ ਗਿਆ ਭਾਈ ਤੁਹਾਡਾ? ਸੋ ਕਾਨੂੰਨ ਪਿੱਟਣ ਵਾਲੇ ਜਿਹੜੇ ਲਗਾਤਾਰ ਕਾਨੂੰਨ ਦੀ ਗੱਲ, ਜਿਹੜੇ ਇਨਸਾਫ ਦੀ ਗੱਲ ਕਰਦੇ ਆ, ਇਨਸਾਫ ਹੈ ਕਿੱਥੇ ਆ? 47 ਤੋਂ ਲੈ ਕੇ ਇਨਸਾਫ ਤਾਂ ਮਿਲਿਆ ਪੰਜਾਬ ਨੂੰ, ਕਿੱਥੇ ਨਹੀਂ ਪੰਜਾਬ ਨਾਲ ਧੱਕਾ ਨਹੀਂ ਹੋਇਆ? ਕਿੱਥੇ ਨਹੀਂ ਪੰਜਾਬ ਦੇ ਹੱਕ ਹੋਏਗੇ? ਉਹ ਅੰਮ੍ਰਿਤਪਾਲ ਦੇ ਘਰ ਵਾਲੀ ਆ ਕੁੜੀ, 3ਜੀ ਵਾਰੀ ਹੋਏ ਰਿਪੋਰਟ ਤੋਂ ਮੋੜ ਲਈ,
दसो भी वो खिलाफ़ कोई मुकदमा दर्ज है, कोई एफ आई आर है, इंग्लैंड की सिटी जाना कुड़ी उन्होंने क्यों नहीं जान दिता जा रहा आ जुलम है इतने जेडे कहने दसो बिना गल तो रौला पाने होर की होंगे बेइंसाफी यही तो बेइंसाफी है। सो इसलिए ये लोगों को भी चाहिए कि जो असी किसी के अन्ने भगत बन जाने साधा के भगत बन गया कोई लीडर का भगत बन गया कोई मेरे मैं कहना मेरे वर्गों के भी होंगे ये भगती माड़ी आ जे कदे मेरे वर्गा गलत आ मैं कोई रब नहीं मैं कोई सोलह कलां संपूर्ण नहीं हज़ार गलतियां मेरे च होनिया ने तो मेरी गलती नूं गलत कहो पर साडे हालात लोगों के बने जिहदे भगत बन जाते हैं वो चाहे कल नूं बलात्कार कर दे वो नहीं मनणगे भारत भी ना साडा दा बंदा चंगा हुण सरसे वाले नाल भी यही हो रहा बलात्कार दे विच बंदा अंदर बंद आ ते उन्हूं ऐ दो महीने बाद ही बाहर आ जाता की समझ के यार इत्थे भी जिहड़े 30-35 साल तो बंद ने वो सजावं पूरियां कर लिया वो कोई छुट्टी नहीं कोई उन्हों जमानत नहीं कोई रिहाई नहीं तो इतने हो की रहा इतने किड़े इंसाफ दियां गल्लां करदे किड़े कानून दियां गल्लां करदे आ भाई जी आप गल करी जावे पुलिस वल्लों कहा जा रहा है कि खुदकुशी का मामला क्यों नहीं मन जाता क्योंकि पुलिस अपनी जी पैरवाई कहती मैं हजे मौका दो पुलिस कहती है 302-307 ये पुलिस नहीं कहती सुप्रीम कोर्ट दियां डायरेक्शन ने कि जदों यह जी घटना वापरती है जिदे इंजरी 307 की हो कतल हो जाता तो सब तो पहला एफ आई आर के सानू जिहड़े जिहड़े बंदे मदईयां वल्लों लिखाए जाते नामजद करने पैंदे आ उदू बाद अगली प्रक्रिया जांच पड़ताल भी ये कतल सी जां खुदकुशी है जां इह च कौन शामिल सी कौन नहीं शामिल सी इहदा पहले इन्होंने किवें तय कर लिया 309 दे विच DDR कट देनी होया तुसी देखो कि बंदा मरिया चलो ये अगला जांच का विषय वो मरिया जां मारिया ये तो अगली गल है ना हुण जे मदई आ के लिखा रहे साडा भाई बंदे ने गोली लग गई इहदा कतल हो गया तो सब तो पहला 302 बनती है चलो अगली गल जे वह मरिया भी है तो 306 बनती है ना 302 ना 306 सीधा 309 के बच्चे ने दफा दफा करके कोशिश की क्योंकि DSP इनवॉल्व है पहला मैं कहा पुलिस वाले आप शामिल ने इसलिए समझने की लड़ है इतने मैं अपील करदा लोग जुड़े ने चंगी गल है यार धड़िया धुड़िया चुपर उठो धड़िया चुपर उठो पार्टियां चुपर उठो जिते कि भी धक्का होंगे कोई भी किसी विचारधारा का किसी सोच का बंदा वो नाल खड़ जाए भाई परिवार मैंबर ये कह रहे हैं भी जी गड्डी ठोडी मिली है मामला गोली लगन का खुदकुशी का पर गड्डी के खून कितने भी नज़र नहीं मैं उही कहना ना बंदा मरिया मदई लिखा रहा 302 ये अगला पड़ताल का विषय वो टुट भी सकता मुकदमा वो अगे धारा च वाधा भी हो सकता जुर्म च ये अगे विषय ना पर इन्हां लई अपने लिए मैं तैनूं दसी जाना भी कानून होर है तो इतने मजलूमों माड़ियां लई कानून होर है भाई जी बार बार पुलिस का नाम लिया जा रहा पर हजे तक कोई रिकॉर्डिंग या कोई ऐसा सबूत नहीं दिखा सके कि सानू धमकियां भरे फोन आते हैं एक रिकॉर्डिंग आई है वो मैनू सुना रहा सी मुंडा इत्थे उहदे कोले रिकॉर्ड किया होया उन्हें क्या सचो धमकी दे रहा भी तुम पुलिस नौलजो तुम नबेड़ लो हूँ वो तो एक परचा नहीं बनता धमका का परचा नहीं बनता वो चलो हले बेचारा मैं कहूँगा नौजवान भी वो जनतक करे गल दिखावे भी फलाना थाने का सचो सू आह धमकी दे रहा ठीक धन्यवाद सर एक धरना लगा है अज पुलिस लाइन के सामने पहला बड़ूखा चौंकी भी लगे रहा उसके संबंध में अच्छे थोड़ा मीटिंग हुई थी की उस मीटिंग सर कुछ किसान यूनियन के लीडर्स और धरना करी आए थे एक लड़के की डैथ हो गई है 11-12 की रात में और एक गड्डी चों बॉडी मिली उदों सरवाइव करता सी नाल एक पिस्टल है जिहड़ा कि इलीगल सी उहदी FIR दी गई फिर वो PGI जाके एक्सपायर हो गया उदू बाद फिर उत्थे बयान ते लिखे गए फिर तीजी वारी एक बयान इन्हें सानू होर दिते हुण एलीगेट कर रहे हैं कि FIR दी जाए वो भी कई नाम लैके ये आफ्टर थॉट लगती है हेयर एंड से लगती है और बाकी इन्हां नाल गलबात चल रहे हैं कि तुसीं अपना कर लो बाकी जे कोई उन्हां कोल एविडेंस कोई है तुहाडे कोल जां तुसीं कुछ दसना चाहते हो तो असीं उन्हां नूं कई वारी इनवाइट कर लिया बट वो सानूं हल तक कोई भी कोई रिटन कंप्लेंट कोई रिटन स्टेटमेंट कोई इहो जी चीज़ प्रोवाइड नहीं कर पा रहे सर उन्हां दे घर दे अंदर इल्जाम है कि जदों डेड बॉडी मिलती है जिहड़ी पिस्टल है उन्हां दे लैफ्ट हैंड 'च सीगी जदकि गोली उन्हां दे राइट हैंड सर उत्थे गुरु घर CCTV फुटेज नाल कवर है उसके गड्डी बैक होकर लग भी दिसदी है सवेर तक उत्थे खड़ी दिसदी है वो क्लीयर करती है कि गड्डी के नेड़े कोई गया नहीं तो हो रहा है तो पॉसीबल हो नहीं सकता कि सिर च गोली वजी है तो गड्डी बंदा गुरु घर लैके बैक करता हो सारिया कॉमन सेंस दल्ला ने उन्होंने समझाने की कोशिश की है बट परिवार का एक जवान बच्चा जान करके कई बार काफ़ी मन च उदासी और उदासी होंगी और वो करके कन्फ्यूजन ऑफ माइंड च आ जाता उस करके